ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ, ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਧਾ ਜਾਵੇ। ਖੋਜ ਖੋਜ ਕੇ ਸੁਣਾਉਂਦੇ ਕਿ ਮਨ ਐਸਾ ਚੰਚਲ ਹੈ, ਮਨ ਐਸਾ ਪ੍ਰਮਾਦੀ ਹੈ, ਹੁਣ ਨੀਠ ਨੀਠ ਮਨ ਕੀ ਆ ਧੀਰਾ, ਸਹਿਜ ਸਹਿ ਗੁਣ ਰਵੇ ਕਮੀਰਾ, ਮਸਾਂ ਮਸਾਂ ਮਨ ਦੇ ਤਾਂ ਹੀ ਜਿਨ੍ਹਾਂ ਨੂੰ ਧੀਰ ਦੇ ਵਿੱਚ ਲਿਆਂਦਾ ਹੈ। ਜਿਸ ਪ੍ਰਕਾਰ ਸਾਹਿਬ ਸਿੰਘ ਜੀ ਘੋੜਾ ਜਿਹੜਾ ਅੜੀ ਵਾਲਾ ਹੋਵੇ ਉਹਨੂੰ ਪੁਸ਼ਕਾਰ ਕੇ ਚੰਗੀ ਤਰ੍ਹਾਂ ਚਾਲ ਕੱਢੀ ਦੀ ਹੈ ਤੇ ਫਿਰ ਸਵਾਰ ਚੰਗੇ ਸੁੱਖ ਦੇ ਨਾਲ ਚੱਲਦਾ, ਚੰਗੀ ਚਾਲ ਜਦੋਂ ਕੱਢ ਦੇਵੇ ਚੱਕਰ ਦੋਸ਼ ਨਾ ਹੋਵੇ ਘੋੜੇ ਵਿੱਚ, ਉਸ ਵੇਲੇ ਘੋੜਾ ਫਿਰ ਚੰਗਾ ਸੋਹਣੀ ਚਾਲ ਦੇਣ ਵਾਲਾ ਬਣ ਜਾਂਦਾ। ਇਵੇਂ ਮਨ ਦੀ ਹਾਲਤ ਹੈ, ਜਦੋਂ ਮਨ ਖਾ ਪੀ ਕੇ ਪਹਿਣਾ ਹੀ ਪਸੰਦ ਕਰੇ, ਇਹ ਅੜੀ ਨੂੰ ਘੋੜੇ ਨੂੰ ਅੜੀ ਕਰਨੀ ਹੈ, ਜਿਵੇਂ ਸੀਫ ਪਾਰੋ ਕਿ ਸਵਾਰ ਨੂੰ ਡੇਗ ਦਿੰਦਾ, ਐਂ ਜੀਵ ਨੂੰ ਅਸਵਾਰ ਨਹੀਂ ਹੋਣ ਦਿੰਦਾ। ਜਿਹੜੇ ਗੁਰਮੁਖ ਉਹ ਸ਼ਬਦ ਨੂੰ ਅਸਵਾਰ ਕਰਦੇ ਹਨ, ਸ਼ਬਦ ਦੀ ਅਸਵਾਰੀ ਕਰਕੇ ਹਰ ਵਕਤ ਮਨ ਨੂੰ ਜੋੜੀ ਰੱਖਦੇ ਹਨ। ਇਸ ਪ੍ਰਕਾਰ ਗੁਰਮੁਖ ਹੋਵੇ ਮਨ ਖੋਜ ਸੁਣਾਏ, ਗੁਰਮੁਖ ਜਿਹੜੇ ਹੁੰਦੇ ਮਨ ਦੇ ਰੋਕਣ ਦੀ ਸਿੱਖਿਆ ਖੋਜ ਕੇ ਸੁਣਾਉਂਦੇ ਹਨ। ਮਨ ਇਸ ਪ੍ਰਕਾਰ ਰੁਕਦਾ, ਸਾਹਿਬ ਕਬੀਰ ਜੀ ਨੇ ਫਰਮਾਇਆ ਜਿਸ ਪ੍ਰਕਾਰ ਕਿ ਨੰਨਾ ਨਿਗਰਹਿ ਸਨੇਹ ਕਰ ਨਿਰਵਾਰੋ ਸੰਦੇਹ, ਨਾ ਹੀ ਦੇਖ ਨਾ ਭੱਜੀਏ ਪਰਮ ਸਿਆਣ ਪੇ। ਜਦੋਂ ਮਨ ਨੂੰ ਰੋਕਣ ਲੱਗੋ, ਮਹਾਰਾਜ ਕਹਿੰਦੇ ਨੇ ਨੰਨਾ ਨਿਗਰਹਿ ਸਨੇਹ ਕਰ, ਨੰਨਾ ਨਿਗਰਹਿ ਸਨੇਹ ਕਰ, ਇਹਨੂੰ ਰੋਕਣਾ ਜਦੋਂ ਪ੍ਰੇਮ ਨਾਲ ਕਰੋ, ਹੰਕਾਰ ਨਾਲ ਜਿੰਦ ਨਾਲ ਨਹੀਂ ਇਸ ਮਨ ਨੂੰ ਰੋਕਣਾ। ਵਾਹਿਗੁਰੂ ਦਾ ਪ੍ਰੇਮ ਪੈਦਾ ਕਰੋ, ਸੁਣ ਸਾਖੀ ਮਨ ਜਾ ਪਿਆਰ, ਅਜਾ ਮਨ ਉਦਰਿਆ ਕਹਿ ਇੱਕ ਵਾਰ, ਬਾਲਮੀਕਿ ਹੋਆ ਸਾਧ ਸੰਗ, ਧਰੂਹ ਕੋ ਮਿਲਿਆ ਹਰਨ ਸੰਗ। ਇਸ ਪ੍ਰਕਾਰ ਇਸ ਮਨ ਨੂੰ ਨਿਗਰਹਿ ਰੋਕਣਾ ਕਰੀਏ ਸਨੇਹ ਪ੍ਰੇਮ ਦੇ ਨਾਲ ਨਿਗਰਹਿ, ਤੇ ਫਿਰ ਨਿਰਵਾਰ ਉਸ ਇੱਕ ਸੰਸਾ ਨਹੀਂ ਰੱਖਣਾ ਕਿ ਮੇਰਾ ਮਨ ਜੀ ਰੋਕਣਾ ਨਹੀਂ, ਇਹ ਨਿਸ਼ਚੈ ਰੱਖੋ ਵੀ ਅਸੀਂ ਰੋਕ ਲਵਾਂਗੇ। ਸੰਸਾ ਬਿਲਕੁਲ ਛੱਡ ਦਿਓ, ਸੰਸਾ ਨਾ ਕਰੋ ਕਿ ਸਾਡਾ ਮਨ ਨਹੀਂ ਰੁਕਣਾ, ਜਿਹੜਾ ਸੰਸਾ ਕਰਨਾ ਇਹੋ ਮਨ ਨੂੰ ਭੱਜਣਾ ਹੈ। ਸੋ ਇਸ ਕਰਕੇ ਸੰਸਾ ਮੇੜ ਦਿਓ, ਇਹ ਨਿਸ਼ਚਾ ਕਰੋ ਕਿ ਅਸੀਂ ਜ਼ਰੂਰ ਗੁਰੂ ਸਾਹਿਬ ਦੀ ਕਿਰਪਾ ਨਾਲ ਰੋਕ ਲਵਾਂਗੇ। ਨਿਰਵਾਰ ਉਹ ਸੰਦੇਹ ਤੇ ਨਾ ਹੀ ਦੇਖਣਾ, ਜਦੋਂ ਨਾ ਰੁਕਦਾ ਵੇਖੋ, ਚਲੋ ਜੀ ਹੁਣ ਤਾਂ ਰੁਕਦਾ ਨਹੀਂ, ਹੁਣ ਬਾਣੀ ਪੜ੍ਹ ਕੇ ਕੀ ਲੈਣਾ, ਹੁਣ ਭਜਨ ਕਰਕੇ ਕੀ ਲੈਣਾ, ਉਦੋਂ ਭਗੌੜੇ ਨਾ ਹੋਇਓ ਵੇਖ, ਇਹਦੇ ਮਗਰ ਪਏ ਰਹੋ ਉਨ੍ਹਾਂ ਚਿਰ, ਜਦੋਂ ਰੁਕ ਜੇ ਫਿਰ ਆਪੇ ਟਿਕ ਜਾਣਾ ਹੈ। ਜਿੰਨਾ ਚਿਰ ਨਾ ਰੁਕੇ ਦੀ ਅੜੀ ਨਾ ਕੱਢੇ ਬਿਨਾਂ ਆਰਾਮ ਨਾ ਕਰੋ, ਜਦੋਂ ਰੁਕ ਜਾਏਗਾ ਆਪੇ ਸ਼ਾਂਤੀ ਆ ਜਾਏਗੀ। ਕਿਉਂ ਨਾ ਰੁਕਦਾ ਵੇਖ ਕੇ ਭਗੌੜੇ ਨਾ ਹੋਵੋ, ਹਰ ਵਕਤ ਮਗਰ ਪਏ ਰਹੋ ਪਰਮ ਸਿਆਣੇ। ਵੱਡੀ ਸਿਆਣਪ ਦੀ ਗੱਲ ਦੱਸੀ ਹੈ ਮਨ ਰੋਕਣ ਦੀ, ਸਾਹਿਬ ਕਬੀਰ ਜੀ ਫਰਮਾਉਂਦੇ ਹਨ। ਕਿਉਂ ਗੁਰਮੁਖ, ਗੁਰਮੁਖ ਹੋਵੇ ਮਨ ਖੋਜ ਸੁਣਾਏ। ਇਸ ਪ੍ਰਕਾਰ ਗੁਰਮੁਖ ਜਿਹੜੇ ਹੁੰਦੇ ਮਨ ਦੇ ਰੋਕਣ ਦੀ ਖੋਜ ਸੁਣਾਉਂਦੇ ਹੈ, ਮਨ ਦੇ ਵਿੱਚੋਂ ਖੋਜ ਕੇ ਮਨ ਮੈਂ ਆਪ ਮਨ ਆਪਣੇ ਮਾਂ ਹੈ ਵਾਹਿਗੁਰੂ ਦੇ ਸਰੂਪ ਦੀ ਖੋਜ ਨੂੰ ਸੁਣਾਉਂਦੇ ਹਨ। ਮਨ ਸਿਰੋਮਣੀ ਖੋਜ ਬ੍ਰਹਮ ਗਿਆਨ ਦੀ ਗੁਰਮੁਖ ਸੁਣਾਉਂਦੇ ਹਨ। ਸੱਚੇ ਨਾਮ ਸਦਾ ਲਿਵ ਲਾਏ, ਉਹ ਕੀ ਖੋਜ ਹੈ ਕਿ ਸੱਚੇ ਨਾਮ ਵਿੱਚ ਸਦਾ ਵਾਸਤੇ ਬਿਰਤੀ ਨੂੰ ਲਾਉਣਾ ਕਰੇ, ਜੋੜਨਾ ਕਰੇ।